ਅੱਜ ਦੇ ਸਾਡੇ ਸਪੈਸ਼ਲ ਗੈਸਟ ਨੇ ਸਾਨੂੰ ਜੁਆਇਨ ਕਰ ਲਿਆ ਹੈ ਜ਼ੂਮ ਜ਼ਰੀਏ। ਇੰਗਲੈਂਡ ਤੋਂ ਐਂਟਰਪ੍ਰੀਨੋਰ ਐਂਡ ਕੀਨੋਟ ਸਪੀਕਰ ਜੈਕ ਚੀਮਾ ਜੀ ਸਾਡੇ ਨਾਲ ਨੇ। ਤੁਸੀਂ ਇਹਨਾਂ ਦੀਆਂ ਕਾਫੀ ਵਾਇਰਲ ਵੀਡੀਓਜ਼ ਦੇਖੀਆਂ ਹੋਣੀਆਂ ਨੇ, ਪੋਜ਼ਿਟਿਵ ਕੋਟਸ ਇਹਨਾਂ ਦੀਆਂ, ਮੋਟੀਵੇਸ਼ਨਲ ਵੀਡੀਓਜ਼ ਦੇਖੀਆਂ ਹੋਣੀਆਂ ਨੇ, ਵਾਇਰਲ ਕਾਫੀ ਹੁੰਦੀਆਂ ਨੇ। ਕੁਝ ਮਹੀਨੇ ਪਹਿਲਾਂ ਵੀ ਜੈਕ ਚੀਮਾ ਜੀ ਨੇ ਸਾਨੂੰ ਜੁਆਇਨ ਕੀਤਾ ਸੀ ਐਂਡ ਲਿਸਨਰਸ ਨੇ ਕਾਫੀ ਜ਼ਿਆਦਾ ਉਹ ਸੈਗਮੈਂਟ ਪਸੰਦ ਕੀਤਾ ਸੀ। ਸੋ ਇਸ ਲਈ ਅੱਜ ਫਾਦਰਸ ਡੇ ਦੇ ਖਾਸ ਮੌਕੇ 'ਤੇ ਇੱਕ ਵਾਰੀ ਫਿਰ ਇਹਨਾਂ ਨੇ ਸਾਨੂੰ ਜੁਆਇਨ ਕੀਤਾ ਹੈ। ਕੁਝ ਦਿਲਚਸਪ ਗੱਲਾਂ, ਕੁਝ ਖਾਸ ਕੀਮਤੀ ਗੱਲਾਂ ਸਾਡੇ ਨਾਲ ਅੱਜ ਸਾਂਝੀਆਂ ਕਰਨਗੇ ਅਤੇ ਇਹ ਰੈਡ ਐਫ ਐਮ ਦੇ ਫੇਸਬੁੱਕ ਪੇਜ 'ਤੇ ਇਸ ਵੇਲੇ ਲਾਈਵ ਵੀ ਚੱਲ ਰਹੀ ਹੈ। ਸੋ ਤੁਸੀਂ ਦੇਖ ਵੀ ਸਕਦੇ ਹੋ ਐਂਡ ਸੁਣ ਵੀ ਸਕਦੇ ਹੋ। ਜੈਕ ਚੀਮਾ ਜੀ, ਵੈਲਕਮ ਟੂ ਦਿਸ ਸ਼ੋਅ। ਥੈਂਕ ਯੂ ਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਉਮੀਦ ਹੈ ਕਿ ਸਾਰੇ ਠੀਕ ਠਾਕ ਹੋਣਗੇ। ਯਾ, ਐਂਡ ਫਸਟ ਆਫ ਆਲ ਹੈਪੀ ਫਾਦਰਸ ਡੇ। ਥੈਂਕ ਯੂ ਸੋ ਮਚ, ਐਂਡ ਦੁਨੀਆ ਦੇ ਵਿੱਚ ਸਾਰੇ ਫਾਦਰਸ ਨੂੰ, ਮਦਰਸ ਵੀ ਜਿਹੜੇ ਫਾਦਰਸ ਬਣਦੇ ਆ ਉਹਨਾਂ ਨੂੰ ਵੀ ਹੈਪੀ ਫਾਦਰਸ ਡੇ। ਵੈਸੇ ਤਾਂ ਇਹ ਜਿਹੜਾ ਰਿਸ਼ਤਾ ਇਹ ਜਨਮ ਤੋਂ ਹੀ ਜੁੜ ਜਾਂਦਾ, ਬਹੁਤ ਹੀ ਇੰਪੋਰਟੈਂਟ ਰਿਸ਼ਤਾ। ਰਿਸਪੈਕਟ ਤੇ ਪਿਆਰ ਤਾਂ ਹਮੇਸ਼ਾ ਹੀ ਹੋਣਾ ਚਾਹੀਦਾ, ਬਟ ਆਈ ਥਿੰਕ ਸੈਲੀਬ੍ਰੇਟ ਵੀ ਕਰਨਾ ਚਾਹੀਦਾ। ਬਿਲਕੁਲ ਸਹੀ ਹੈ, ਰੋਜ਼ ਹੀ ਫਾਦਰਸ ਡੇ ਹੁੰਦਾ, ਰੋਜ਼ ਹੀ ਹੁੰਦਾ। ਹੁਣ ਜੈਕ ਜੀ, ਤੁਸੀਂ ਤੁਸੀਂ ਕਾਫੀ ਜ਼ਿਆਦਾ ਟਰੈਵਲ ਕਰਦੇ ਰਹਿੰਦੇ ਹੋ ਬਿਜ਼ਨਸ ਰਿਲੇਟਡ, ਤੁਸੀਂ ਆਪਣੀ ਫੈਮਿਲੀ ਤੋਂ ਦੂਰ ਰਹਿੰਦੇ ਹੋ, ਕਿੰਨੇ ਕਿੰਨੇ ਦਿਨ ਤੁਸੀਂ ਦੂਰ ਹੁੰਦੇ ਹੋ? ਇਸੇ ਤਰ੍ਹਾਂ ਬਹੁਤ ਸਾਰੇ ਹੋਰ ਲੋਕ ਵੀ ਨੇ ਜਿਹੜੇ ਆਪਣੀ ਫੈਮਿਲੀਜ਼ ਤੋਂ ਦੂਰ ਹੁੰਦੇ ਨੇ ਕੰਮ ਦੇ ਲਈ, ਉਹਨਾਂ ਨੂੰ ਬਾਹਰ ਜਾਣਾ ਪੈਂਦਾ, ਸਪੈਸ਼ਲੀ ਟਰੱਕਰਸ ਜਿਹੜੇ ਨੇ ਉਹਨਾਂ ਨੂੰ ਫੈਮਿਲੀ ਤੋਂ ਦੂਰ ਹੋਣਾ ਪੈਂਦਾ, ਕਈ ਓਵਰ ਟਾਈਮ ਵੀ ਕਰਦੇ ਨੇ, ਜਿਹੜੇ ਲੇਟ ਘਰ ਆਉਂਦੇ ਨੇ, ਕਈ ਵਾਰ ਬੱਚੇ ਆਉਂਦੇ ਨੂੰ ਸੁੱਤੇ ਪਏ ਹੁੰਦੇ ਆ। ਸੋ ਇਸ ਟਾਈਮ ਦੇ ਵਿੱਚ ਇਮੋਸ਼ਨਲ ਬੌਂਡ ਕਿਵੇਂ ਬਣਾਇਆ ਜਾ ਸਕਦਾ? ਬਹੁਤ ਵਧੀਆ ਸਵਾਲ ਹੈ, ਤੇ ਮੇਰਾ ਸਲੂਟ ਹੈ ਉਹਨਾਂ ਸਾਰਿਆਂ ਨੂੰ ਜਿਹੜੇ ਆਪਣੇ ਬੱਚਿਆਂ ਤੋਂ ਦੂਰ ਰਹਿ ਕੇ ਉਹਨਾਂ ਦੀ ਫਿਊਚਰ ਵਾਸਤੇ ਬਹੁਤ ਮਿਹਨਤ ਕਰਦੇ ਆ, ਪਰ ਇਹ ਇੱਕ ਕੋਸਟ ਹੁੰਦੀ ਆ, ਇਹ ਉਹਨਾਂ ਨੂੰ ਇੱਕ ਕੀਮਤ ਚੁਕਾਉਣੀ ਪੈਂਦੀ ਆ ਉਹਨਾਂ ਤੋਂ ਦੂਰ ਰਹਿ ਕੇ। ਤੇ ਐਸਪੈਸ਼ਲੀ ਫਾਦਰਸ ਲਈ, ਕਿਉਂਕਿ ਇਮੋਸ਼ਨਸ ਆਪਣੇ ਐਕਸਪ੍ਰੈਸ ਕਰਨ ਲਈ ਉਹਨਾਂ ਦੀ ਬੜੀ ਡਿਫਿਕਲਟੀ ਹੁੰਦੀ ਹੈ ਨਾ, ਬੜੇ ਔਖਾ ਹੁੰਦਾ। ਮਾਵਾਂ ਤਾਂ ਹਮੇਸ਼ਾ ਦੱਸਦੀਆਂ ਕਿ ਬੱਚਿਆਂ ਨੂੰ ਮੈਂ ਕਿੰਨਾ ਤੁਹਾਡੇ ਨਾਲ ਤੇ ਮੋਹ ਹੁੰਦਾ, ਪਿਆਰ ਹੁੰਦਾ, ਬਸ ਆਮ ਤੌਰ ਤੇ ਲਾਗੇ ਹੁੰਦੀਆਂ ਉਹਨਾਂ ਦੇ ਨਾ, ਪਰ ਫਾਦਰਸ ਵਾਸਤੇ ਵੀ ਬਹੁਤ ਇਹ ਡਿਫਿਕਲਟ ਚੀਜ਼ ਹੈ। ਬਟ ਇਹ ਜਿਹੜਾ ਇੱਕ ਇੱਕ ਦੂਜੇ ਨਾਲ ਕਨੈਕਸ਼ਨ ਰੱਖਣਾ ਆ, ਹਰ ਇੱਕ ਦੀ ਸਟੋਰੀ ਡਿਫਰੈਂਟ ਹੁੰਦੀ ਹੈ ਨਾ। ਸੋ ਆਪਣੀ ਤਾਂ ਇੱਕ ਸੋਚ ਹੀ ਹੈ ਇਹ ਕਿ ਜਦੋਂ ਤੁਸੀਂ ਦੂਰ ਹੁੰਦੇ ਆ, ਪਹਿਲੀ ਤਾਂ ਇਹ ਚੀਜ਼ ਹੈ ਕਿ ਆਪਾਂ ਨੂੰ ਹਮੇਸ਼ਾ ਆਪਣੇ ਬੱਚਿਆਂ ਦੇ ਨਾਲ ਇੱਕ ਕਨੈਕਸ਼ਨ ਉਹਨਾਂ ਦੇ ਇੰਟਰਸਟ ਦੇ ਮੁਤਾਬਕ ਰੱਖਣਾ ਚਾਹੀਦਾ, ਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਬੱਚੇ ਕਿਹੜੀ ਕਿਹੜੀ ਚੀਜ਼ ਦੇ ਵਿੱਚ ਉਹਨਾਂ ਦਾ ਇੰਟਰਸਟ ਆ। ਕਿਉਂਕਿ ਜਦੋਂ ਦੂਰ ਰਹਿ ਕੇ ਕੋਈ ਬਾਪ ਆਪਣੇ ਬੱਚਿਆਂ ਨਾਲ ਗੱਲ ਕਰਦਾ ਆ, ਅਕਸਰ ਉਹਨਾਂ ਨੂੰ ਇਹ ਵੀ ਨੀ ਪਤਾ ਹੁੰਦਾ ਕਿ ਉਹ ਕਿਹੜੀ ਚੀਜ਼ ਦੇ ਵਿੱਚ ਇੰਟਰਸਟ ਹੈ, ਕੀ ਕਰ ਰਿਹਾ ਕੀ ਨਹੀਂ। ਬੱਚਿਆਂ ਲਈ ਵੀ ਉਹ ਫੋਰਮੈਲਿਟੀ ਬਣ ਜਾਂਦੀ ਹੈ ਕਿ ਡੈਡੀ ਦਾ ਫੋਨ ਆਇਆ ਜੀ, ਹਾਂਜੀ ਕਿੱਦਾਂ ਜੀ, ਠੀਕ ਹੈ, ਉਹ ਸੇਮ ਗੱਲ ਕਰਕੇ ਫੋਨ ਰੱਖ ਦਿੰਦੇ ਆ। ਪਰ ਐਕਚੁਅਲੀ ਉਹ ਤੇ ਉਹ ਪਿਆਰ ਉਹ ਫਿਰ ਉਦਾਂ ਦੀਆਂ ਗੱਲਾਂ ਨਾਲ ਬਣਦਾ ਜਾਂ ਨਹੀਂ ਬਣਦਾ, ਸਵਾਲ ਅਸਲੀ ਤਾਂ ਇਹੀ ਹੁੰਦਾ ਨਾ। ਮਾਂ ਵੀ ਕਹਿ ਸਕਦੀ ਕਿ ਆਪਣੇ ਡੈਡੀ ਨਾਲ ਗੱਲ ਕਰੋ, ਉਹ ਵੀ ਫਿਰ ਮਜਬੂਰੀ ਚ ਗੱਲ ਕਰਦੇ ਆ। ਪਰ ਉਹ ਜਿਹੜਾ ਤੁਸੀਂ ਕਹਿੰਦੇ ਉਹ ਬੌਂਡ ਇੱਕ ਦੂਜੇ ਨਾਲ ਬਣਨਾ, ਇੱਕ ਉਹ ਕਨੈਕਸ਼ਨ ਬਣਨਾ, ਉਹ ਸਵਾਲ ਹੁੰਦਾ। ਐਂਡ ਮੇਰੇ ਤਜਰਬੇ ਦੇ ਵਿੱਚ ਤਾਂ ਇਹ ਚੀਜ਼ ਹੈ, ਮੇਰੇ ਵੀ ਦੋ ਬੱਚੇ ਆ, ਮੈਂ ਵੀ ਬਹੁਤ ਟਰੈਵਲ ਕਰਦਾ ਤਾਂ ਦੂਰ ਰਹਿੰਦਾ ਉਹਨਾਂ ਤੋਂ, ਤੇ ਮੈਂ ਹਮੇਸ਼ਾ ਇੱਕ ਚੀਜ਼ ਨੋਟ ਕਰਦਾ ਹੁੰਦਾ ਕਿ ਮੈਂ ਉਹਨਾਂ ਨੂੰ ਸਵਾਲ ਪੁੱਛਦਾ ਹੁੰਦਾ ਕਿ ਤੁਹਾਡੀ ਦਿਹਾੜੀ ਕਿੱਦਾਂ ਸੀ, ਤੁਸੀਂ ਕੀ ਕਰਦੇ ਹੁੰਦੇ ਆ। ਤੇ ਜਦੋਂ ਮੈਂ ਫਿਰ ਉਹਨਾਂ ਦੇ ਕੋਲ ਹੁੰਦਾ, ਆਪਾਂ ਪਹਿਲੀ ਤਾਂ ਚੀਜ਼ ਹੈ ਜਿਹੜੀ ਆਹ ਚੀਜ਼ ਹੁੰਦੀ ਹੈ ਨਾ, ਇਹਨੂੰ ਦੂਰ ਰੱਖੀਦਾ, ਕਿਉਂਕਿ ਸਾਰੀ ਪੁਆੜੇ ਦੀ ਜੜ ਪਹਿਲਾਂ ਤਾਂ ਇਹ ਬਣ ਜਾਂਦੀ ਇਲੈਕਟ੍ਰੋਨਿਕਸ। ਕਿਉਂਕਿ ਮੈਂ ਅਕਸਰ ਦੇਖਿਆ ਕਿ ਜਦੋਂ ਪਹਿਲਾਂ ਤਾਂ ਦੂਰ ਆਪਾਂ ਹੁੰਦੇ ਹਾਂ, ਫਿਰ ਜਦੋਂ ਕੋਲ ਹੁੰਦੇ ਫਿਰ ਵੀ ਫੋਨ ਫੜਿਆ ਹੁੰਦਾ, ਬੱਚਿਆਂ ਨੇ ਵੀ ਫੋਨ ਫੜਿਆ ਹੁੰਦਾ। ਸੋ ਇੰਟਰਸਟ ਪੈਦਾ ਕਰਨਾ, ਜਿਹੜਾ ਇੱਕ ਦੂਜੇ ਦਾ ਤੁਸੀਂ ਕੀ ਪਸੰਦ ਕਰਦੇ ਹੋ, ਉਹ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ, ਫਿਰ ਸਟੋਰੀ ਉਹਦੇ ਤੇ ਹੀ ਬਣਦੀ ਹੈ ਨਾ। ਤੇ ਜਿਹੜੀ ਹੁਣ ਅੱਜ ਕੱਲ੍ਹ ਦੀ ਜਨਰੇਸ਼ਨ ਆ, ਉਹ ਮੈਂ ਦੇਖਿਆ ਕਿ ਕਾਫੀ, ਸਾਰਿਆਂ ਤਾਂ ਨਹੀਂ ਕਹਿ ਸਕਦੀ, ਬਟ ਕਾਫੀ ਜਨਰੇਸ਼ਨ ਅੱਜ ਕੱਲ੍ਹ ਦੀ ਸੌਫਟ ਬਹੁਤ ਆ। ਮਤਲਬ ਨਿੱਕੀ ਜਿਹੀ ਗੱਲ ਨੂੰ ਦਿਲ 'ਤੇ ਲਾ ਲੈਂਦੇ ਨੇ, ਸਟ੍ਰੈਸ ਬਹੁਤ ਆ, ਐਨਜ਼ਾਈਟੀ ਬਹੁਤ ਆ। ਕਈ ਵਾਰ ਜਿਹੜੀ ਚੀਜ਼ ਬੱਚਿਆਂ ਲਈ ਬਹੁਤ ਵੱਡੀ ਹੁੰਦੀ ਆ, ਪੇਰੈਂਟਸ ਦੇ ਲਈ ਉਹ ਛੋਟੀ ਹੁੰਦੀ ਆ। ਕਈ ਵਾਰ ਕਹਿ ਦਿੰਦੇ ਨੇ ਪੇਰੈਂਟਸ ਕਿ ਇਹ ਤਾਂ ਕੁਛ ਵੀ ਨਹੀਂ, ਸਾਡੇ ਵੇਲੇ ਤਾਂ ਐਵੇਂ ਹੁੰਦਾ ਸੀਗਾ। ਹੁਣ ਇਸ ਸਿਚੁਏਸ਼ਨ ਦੇ ਵਿੱਚ ਬੱਚਿਆਂ ਨੂੰ ਇਮੋਸ਼ਨਲੀ ਸਟਰੋਂਗ ਕਿਵੇਂ ਕੀਤਾ ਜਾ ਸਕਦਾ? ਤੁਹਾਡੀ ਗੱਲ ਸਹੀ ਆ। ਹੁਣ ਜੇ ਆਪਾਂ ਆਪਣੇ ਦਾਦਿਆਂ ਪਰਦਾਦਿਆਂ ਤੇ ਜਾਈਏ, ਜਿਹੜੇ ਕੰਮ ਉਹਨਾਂ ਨੇ ਕੀਤੇ ਆ, ਆਪਾਂ ਤਾਂ ਉਹਨਾਂ ਦੇ ਲਾਗੇ ਛਾਗੇ ਵੀ ਨਹੀਂ ਹੈਗੇ। ਹਾਂਜੀ, ਜਿਹੜੇ ਟਾਈਮ ਉਹਨਾਂ ਨੇ ਕੱਟੇ ਆ, ਉਹਨਾਂ ਦੇ ਕੋਲ ਤਾਂ ਇੰਨੀਆਂ ਸਹੂਲਤਾਂ ਵੀ ਨਹੀਂ ਸੀ ਜਿੰਨੀਆਂ ਆਪਣੇ ਕੋਲ ਅੱਜ ਕੱਲ੍ਹ ਹੁੰਦੀਆਂ। ਬਿਲਕੁਲ ਜੀ। ਤਾਂ ਜੇ ਆਪਾਂ ਉਹਨਾਂ ਦੇ ਨਾਲ ਆਪਣੇ ਬੱਚਿਆਂ ਨੂੰ ਸਟੈਂਡ ਕਰੀਏ ਤਾਂ ਉਹ ਕਿੰਨਾ ਫਰਕ ਆ, ਤਾਂ ਉਸ ਚੀਜ਼ ਨੂੰ ਦੇਖ ਕੇ ਡਰ ਵੀ ਲੱਗਦਾ ਹਨਾ। ਬਟ
ਮੇਰੀ ਤਾਂ ਇਹ ਇਹਦੇ ਵਿੱਚ ਇਹ ਸੋਚਣੀ ਆ ਕਿ ਆਪਾਂ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਜਿੰਨੀਆਂ ਜ਼ਿਆਦਾ ਐਕਸਪੀਰੀਐਂਸਿਸ ਦੇ ਸਕਦੇ ਆ ਉਨੀਆਂ ਹੀ ਵਧੀਆ ਆ, ਕਿਉਂਕਿ ਜਿਹੜੇ ਬੱਚਿਆਂ ਨੇ ਕੋਈ ਚੀਜ਼ ਐਕਸਪੀਰੀਐਂਸ ਹੀ ਨਹੀਂ ਕੀਤੀ, ਆਪਾਂ ਉਹਨਾਂ ਨੂੰ ਉਸ ਡਾਇਰੈਕਸ਼ਨ ਦੇ ਵਿੱਚ ਪੁਸ਼ ਕਰ ਰਹੇ ਆ, ਉਹ ਆਪੇ ਹੀ ਚਾਂਸਿਸ ਬਣਦੇ ਕਿ ਉਹਨਾਂ ਨੇ ਸੌਫਟ ਬਣ ਜਾਣਾ। ਜਦੋਂ ਦੂਸਰੀ ਚੀਜ਼ ਆ ਕਿ ਜਦੋਂ ਆਪਾਂ ਉਹਨਾਂ ਲਈ ਐਗਜ਼ਾਮਪਲ ਬਣਦੇ ਹਾਂ ਨਾ ਕਿ ਅਸੀਂ ਵੀ ਉਹ ਚੀਜ਼ਾਂ ਕਰੀਏ ਜੋ ਅਸੀਂ ਚਾਹੁੰਦੇ ਕਿ ਸਾਡੇ ਬੱਚੇ ਕਰਨ, ਤੇ ਜਿੱਦਾਂ ਕਹਿੰਦੇ ਨੀ ਇੰਗਲਿਸ਼ ਦੇ ਵਿੱਚ ਕਿ ਲੀਡ ਬਾਈ ਐਗਜ਼ਾਮਪਲ, ਐਗਜ਼ੈਕਟਲੀ, ਫਿਰ ਆਪਣੇ ਬੱਚੇ ਥੋੜੇ ਸਟਰੋਂਗ ਬਣਦੇ। ਪਲੱਸ ਮੈਂ ਹਰ ਇੱਕ ਨੂੰ ਨਹੀਂ ਕਹਿੰਦਾ ਕਿ ਕਾਫੀ ਆਪਣੀ ਫੈਮਿਲੀਆਂ ਆਪਣੀ ਕਮਿਊਨਿਟੀ ਦੇ ਵਿੱਚ ਹੈ ਜਿਹੜੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਦੇ ਕਿ ਆਪਣੇ ਪਰਿਵਾਰ ਦੇ ਵਿੱਚ ਆਪਣੇ ਦਾਦੇ ਪੜਦਾਦੇ ਕੀ ਕਰਦੇ ਸੀਗੇ, ਤੇ ਉਹ ਚੀਜ਼ ਵੀ ਬਹੁਤ ਜ਼ਰੂਰੀ ਆਪਣੇ ਬੱਚਿਆਂ ਨੂੰ ਮਜ਼ਬੂਤ ਬਣਾਉਣ ਦੇ ਵਿੱਚ। ਜਦੋਂ ਆਪਾਂ ਅਸਲੀ ਐਗਜ਼ਾਮਪਲ ਦਿੰਦੇ ਹਾਂ ਕਿ ਜੀ ਤੁਹਾਡੇ ਦਾਦਾ ਜੀ ਇਹ ਕਰਦੇ ਸੀ, ਤੁਹਾਡੀ ਦਾਦੀ ਜੀ ਏਦਾਂ ਕਰਦੇ ਹੁੰਦੇ ਸੀਗੇ, ਉਹਨਾਂ ਨੂੰ ਛੋਟੀ ਛੋਟੀਆਂ ਚੀਜ਼ਾਂ ਦੱਸਣੀਆਂ, ਕਿਉਂਕਿ ਕਹਿਣਾ ਤੇ ਐਗਜ਼ਾਮਪਲ ਦੇਣਾ ਇਹਦੇ ਵਿੱਚ ਦੋ ਚੀਜ਼ਾਂ ਦੇ ਵਿੱਚ ਬਹੁਤ ਫਰਕ ਹੁੰਦਾ। ਸੋ ਮੇਰੇ ਹਿਸਾਬ ਨਾਲ ਮਜ਼ਬੂਤ ਬਣਾਉਣ ਲਈ ਉਹਨਾਂ ਨੂੰ ਇਤਿਹਾਸ ਬਾਰੇ ਦੱਸਣਾ ਚਾਹੀਦਾ, ਜਿੰਨੀ ਵੀ ਜ਼ਿਆਦਾ ਆਪਾਂ ਉਹਨਾਂ ਨੂੰ ਇਸ ਚੀਜ਼ ਵਿੱਚ ਨੌਲੇਜ ਦੇ ਸਕਦੇ ਹਾਂ, ਪਲੱਸ ਆਪਾਂ ਖੁਦ ਐਗਜ਼ਾਮਪਲ ਬਣਾਂਗੇ ਫਿਰ ਹੀ ਆਪਣੇ ਬੱਚੇ ਮਜ਼ਬੂਤ ਹੋਣਗੇ। ਜੀ ਸੋ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਸਟਰੋਂਗ ਤੇ ਟਫ ਬਣਾਉਣ ਦੇ ਲਈ ਜੇ ਉਹਨਾਂ ਨੂੰ ਛੋਟੀ ਉਮਰ ਤੋਂ ਫਾਊਂਡੇਸ਼ਨ ਏਅਰਸ ਦੇ ਵਿੱਚ ਛੋਟੀਆਂ ਛੋਟੀਆਂ ਜਿਹੀਆਂ ਜੇ ਜ਼ਿੰਮੇਵਾਰੀਆਂ ਦਿੱਤੀਆਂ ਜਾਣ ਤਾਂ ਉਹਦੇ ਨਾਲ ਉਹਨਾਂ ਦੀ ਗਰੋਥ ਦੇ ਵਿੱਚ ਉਹਨਾਂ ਨੂੰ ਹੈਲਪ ਮਿਲੂਗੀ? 100% ਬਿਲਕੁਲ ਬਿਲਕੁਲ 100% ਸਹੀ ਹੈ। ਜਦੋਂ ਆਪਾਂ ਦੇਖੀਏ ਆਪਣੇ ਦਾਦੇ ਪੜਦਾਦੇ ਕਿੰਨੀ ਛੋਟੀ ਉਮਰ ਤੋਂ ਹੀ ਕਿੰਨਾ ਕੁਛ ਕਰਦੇ ਸੀਗੇ। ਬਿਲਕੁਲ ਜੀ, ਠੀਕ ਹੈ ਨਾ, ਤੇ ਮੈਨੂੰ ਚੇਤਾ ਹੈ ਛੋਟੀ ਛੋਟੀਆਂ ਚੀਜ਼ਾਂ। ਜਦੋਂ ਅਸੀਂ ਇੰਡੀਆ ਦੇ ਇਤਿਹਾਸ ਬਾਰੇ ਦੇਖੀਏ ਕਈ ਵਾਰੀ ਤਾਂ ਮੁੰਡਿਆਂ ਦੇ ਮੁੱਛਾਂ ਵੀ ਨਹੀਂ ਸੀ ਹੁੰਦੀਆਂ, ਟਰੈਕਟਰਾਂ ਤੇ ਬੈਠੇ ਹੁੰਦੇ ਸੀਗੇ ਜੀ, ਠੀਕ ਹੈ। ਅੱਜ ਕੱਲ ਤਾਂ 19-20 ਸਾਲ ਦੇ ਹੋ ਕੇ ਮਸੀਂ ਟਰੈਕਟਰ ਨੂੰ ਹੱਥ ਪਾਉਂਦੇ ਹੈਗੇ, ਹਨਾ। ਹਾਂਜੀ, ਬਟ ਜੇ ਆਪਾਂ ਉਹੀ ਐਗਜ਼ਾਮਪਲ ਇੱਥੇ ਰੱਖੀਏ, ਯੂ ਨੋ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਬੱਚੇ ਹੁਣ ਥੋੜਾ ਅਟਕ ਕੇ ਕਰਦੇ, ਜਿਹੜੇ ਆਪਾਂ ਸੈਟ ਪਹਿਲਾਂ ਸਟਾਰਟ ਕੀਤੀਆਂ ਸੀ ਚੀਜ਼ਾਂ, ਜ਼ਰੂਰੀ ਨਹੀਂ ਕਿ ਉਹੀ ਚੀਜ਼ਾਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ, ਬਟ ਜਿੱਦਾਂ ਤੁਸੀਂ ਕਹਿੰਦੇ ਨਾ ਕਿ ਜ਼ਿੰਮੇਵਾਰੀਆਂ ਜਾਂ ਉਹਨਾਂ ਨੂੰ ਫੀਲ ਹੋਵੇ ਕਿ ਸਾਡੇ ਸਿਰ ਆਹ ਜ਼ਿੰਮੇਵਾਰੀ ਆ, ਉਹ ਵੀ ਇੱਕ ਵੈਲਿਊਬਲ ਚੀਜ਼ ਬਣ ਜਾਂਦੀ ਹੈ ਨਾ। ਮੈਂ ਆਪਣੇ ਬੱਚਿਆਂ ਨੂੰ ਜੇ ਕੰਮ ਮੈਂ ਉਹ ਖੁਦ ਵੀ ਕਰ ਸਕਦਾ, ਮੈਂ ਉਹਨਾਂ ਦੀ ਸਲਾਹ ਪੁੱਛਦਾ ਹੁੰਦਾ ਕਿ ਤੁਹਾਡਾ ਕੀ ਖਿਆਲ ਹੈ ਇਸ ਚੀਜ਼ ਬਾਰੇ, ਭਾਵੇਂ ਗਲਤ ਹੀ ਸਲਾਹ ਹੋਵੇ, ਸੁਣਨਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਜੀ, ਕਿਉਂਕਿ ਜਦੋਂ ਤੁਸੀਂ ਬੱਚਿਆਂ ਦੀ ਗੱਲ ਸੁਣਦੇ ਆ ਉਹ ਫਿਰ ਉਹ ਉਸ ਚੀਜ਼ ਨੂੰ ਫੀਲ ਕਰਦੇ ਕਿ ਸਾਡੀ ਵੈਲਿਊ ਵੀ ਹੈਗੀ ਆ, ਭਾਵੇਂ ਉਹ ਗਲਤ ਆ, ਫਿਰ ਤੁਸੀਂ ਉਹਨਾਂ ਨੂੰ ਸਹੀ ਕਰ ਸਕਦੇ ਆ ਸੁਣ ਕੇ ਸਾਰੀ ਗੱਲ। ਪਰ ਜੇ ਤੁਸੀਂ ਬੱਚਿਆਂ ਦੀ ਗੱਲ ਸੁਣਦੇ ਹੀ ਨਹੀਂ, ਪਹਿਲਾਂ ਹੀ ਟੋਕ ਦਿੰਦੇ ਨਹੀਂ ਜੀ ਏਦਾਂ ਨਹੀਂ ਏਦਾਂ ਹੀ ਕਰਨੀ, ਫਿਰ ਬੱਚੇ ਵੀ ਕਿਤੇ ਨਾ ਕਿਤੇ ਤੁਹਾਡੇ ਤੋਂ ਗੱਲਾਂ ਲੁਕਾਉਣ ਲੱਗ ਪੈਂਦੇ ਆ, ਕਹਿੰਦੇ ਕਿ ਸਾਡੇ ਮਾਪੇ ਨੇ ਤਾਂ ਸੁਣਨਾ ਨਹੀਂ, ਅਸੀਂ ਆਪ ਹੀ ਕਰਕੇ ਦੇਖਦੇ ਆ। ਸੋ ਲਿਸਨਿੰਗ ਬਹੁਤ ਜ਼ਰੂਰੀ ਆ ਬੱਚਿਆਂ ਲਈ, ਬਹੁਤ ਜ਼ਰੂਰੀ ਆ। ਪ੍ਰੋਬਲਮ ਤਾਂ ਇਹ ਨਾ ਕਿ ਜਿੱਦਾਂ ਅੰਗਰੇਜ਼ੀ ਚ ਕਹਿੰਦੇ ਆ ਕਿ ਕਾਫੀ ਲੋਕ ਜਵਾਬ ਦੇਣ ਲਈ ਗੱਲ ਸੁਣਦੇ ਆ, ਐਗਜ਼ੈਕਟਲੀ, ਸਮਝਣ ਲਈ ਨਹੀਂ। ਸੋ ਹੁਣ ਇਹ ਚੀਜ਼ ਬਹੁਤ ਜ਼ਰੂਰੀ ਆ। ਕਈ ਬੱਚੇ ਹੁੰਦੇ ਨੇ ਜਿਹੜੇ, ਨੋਟ ਕਈ ਬੱਚੇ, ਆਈ ਥਿੰਕ ਸਾਰੇ ਬੱਚੇ ਆਪਣੇ ਫਾਦਰ ਨੂੰ ਇੱਕ ਰੋਲ ਮਾਡਲ ਵਾਂਗੂ ਲੈਂਦੇ ਨੇ। ਉਹਨਾਂ ਦੇ ਲਈ ਫਾਦਰ ਇੱਕ ਮੋਸਟ ਸਟਰੋਂਗੈਸਟ ਪਰਸਨ, ਜਿਹਨੂੰ ਸਭ ਤੋਂ ਪਹਿਲਾਂ ਦੁਨੀਆ 'ਚ ਉਹਨਾਂ ਨੇ ਦੇਖਿਆ, ਉਹਨਾਂ ਦੇ ਲਈ ਉਹ ਇੱਕ ਸਟਰੋਂਗੈਸਟ ਪਰਸਨ ਹੁੰਦਾ ਫਾਦਰ। ਅਤੇ ਬਹੁਤੀ ਵਾਰ ਉਹ ਆਪਣੇ ਫਾਦਰ ਵਾਂਗੂ ਹੀ ਬਣਨ ਦੀ ਕੋਸ਼ਿਸ਼ ਕਰਦੇ ਨੇ, ਸਪੈਸ਼ਲੀ ਕੁੜੀਆਂ ਨੇ ਜਿਹੜੀਆਂ, ਉਹਨਾਂ ਦਾ ਜੇ ਆਪਣੇ ਫਾਦਰ ਦੇ ਨਾਲ ਬਹੁਤ ਵਧੀਆ ਰਿਲੇਸ਼ਨਸ਼ਿਪ ਹੈਗਾ। ਸੋ ਅੱਗੇ ਚੱਲ ਕੇ ਉਹ ਚਾਹੁੰਦੀਆਂ ਨੇ ਕਿ ਉਹਨਾਂ ਦੇ ਹਸਬੈਂਡ ਦੇ ਵਿੱਚ ਵੀ ਉਹੋ ਜਿਹੀਆਂ ਕੁਆਲਿਟੀਜ਼ ਹੋਣ ਜਿਹੜੀਆਂ ਉਹਨਾਂ ਦੇ ਫਾਦਰ ਦੇ ਵਿੱਚ ਸੀ। ਸੋ ਹੁਣ ਜੇ ਬੱਚੇ ਆਪਣੇ ਫਾਦਰ ਦੇ ਵਿੱਚ ਉਹਦੀ ਫਾਦਰ ਦੀ ਇਮੋਸ਼ਨਲ ਸਾਈਡ ਦੇਖਦੇ ਨੇ, ਵੀਕਰ ਸਾਈਡ ਦੇਖਦੇ ਨੇ, ਕੀ ਇਹ ਗਲਤ ਆ? ਕਾਫੀ ਵਧੀਆ ਸਵਾਲ ਆ, ਐਂਡ ਅੱਜ ਦੇ ਟਾਈਮ ਦੇ ਹਿਸਾਬ ਨਾਲ ਬਹੁਤ ਕੁਝ ਚੇਂਜ ਹੋ ਗਿਆ, ਕਿਉਂਕਿ ਜੇ ਤੁਸੀਂ ਬੱਚਿਆਂ ਦੇ ਵੱਲੋਂ ਦੇਖੋ ਤਾਂ ਆਫਕੋਰਸ ਹਰ ਇੱਕ ਬੱਚੇ ਦਾ ਹੀਰੋ ਉਹਨਾਂ ਦੇ ਮਾਪੇ ਹੁੰਦੇ ਆ ਜਾਂ ਹੋਣੇ ਚਾਹੀਦੇ ਆ, ਐਂਡ ਇਹ ਬਹੁਤ ਵਧੀਆ ਚੀਜ਼ ਆ। ਮੇਰੇ ਲਈ ਵੀ ਮੇਰੇ ਮਾਪੇ ਮੇਰੇ ਹੀਰੋ ਆ ਸਭ ਤੋਂ ਪਹਿਲਾਂ, ਐਂਡ ਮੈਨੂੰ ਇਹ ਚੀਜ਼ ਦਾ ਪਤਾ ਕਿ ਜਦੋਂ ਮੇਰੇ ਕੋਈ ਦੁੱਖ ਤਕਲੀਫ ਹੁੰਦੀ ਹੈ, ਜਦੋਂ ਮੇਰੀ ਮੰਮ ਹੁੰਦੀ ਸੀਗੀ ਮੈਂ ਹਮੇਸ਼ਾ ਮੰਮ ਦੇ ਨਾਲ ਗੱਲ ਕਰਨੀ, ਤਾਂ ਮੈਨੂੰ ਪਤਾ ਕਿ ਕੋਈ ਨਾ ਕੋਈ ਸੋਲੂਸ਼ਨ ਮੈਨੂੰ ਲੱਭ ਹੀ ਪੈਣਾ ਸੀ, ਮੈਨੂੰ ਬੜਾ ਵਿਸ਼ਵਾਸ ਸੀ ਉਸ ਚੀਜ਼ ਤੇ। ਤੇ ਮੇਰੇ ਡੈਡ ਵੀ ਸੇਮ ਆ, ਮੈਨੂੰ ਪਤਾ ਕਿ ਮੇਰੇ ਕੋਈ ਵੀ ਇਸ਼ੂ ਹੋਵੇ ਮੈਂ ਆਪਣੇ ਡੈਡ ਕੋਲ ਜਾਂਦਾ ਤੇ ਮੈਨੂੰ ਸੋਲੂਸ਼ਨ ਉਸ ਚੀਜ਼ ਦਾ ਮਿਲਦਾ ਆ। ਪਰ ਕਿਤੇ ਨਾ ਕਿਤੇ ਫਾਦਰਸ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਕਿ ਉਹ ਫੀਲ ਕਰਦੇ ਕਿ ਅਸੀਂ ਆਪਣੇ ਇਮੋਸ਼ਨ ਸ਼ੋਅ ਨਹੀਂ ਕਰ ਸਕਦੇ ਜੀ, ਖਾਸ ਕਰਕੇ ਆਪਣੇ ਬੱਚਿਆਂ ਨੂੰ, ਤੇ ਕਹਾਂ ਜਾ ਕੇ ਇਹ ਚੀਜ਼ ਉਹਨਾਂ ਲਈ ਬਹੁਤ ਵੱਡੀ ਪ੍ਰੋਬਲਮ ਵੀ ਬਣ ਜਾਂਦੀ ਹੈ, ਸਾਰਿਆਂ ਲਈ ਨਹੀਂ ਪਰ ਕੁਝ ਲੋਕਾਂ ਲਈ, ਕਿਉਂਕਿ ਉਹ ਗੱਲ ਕਰਨ ਵੀ ਤਾਂ ਕਿਹਨਾਂ ਨਾ ਕਰੂਗੇ, ਤੇ ਫਿਰ ਇਹ ਮੈਂਟਲ ਹੈਲਥ ਇਸ਼ੂ ਵੀ ਬਣ ਸਕਦੇ ਕਹਾਂ ਜਾ ਕੇ ਜੀ। ਤੇ ਜੇ ਤੁਸੀਂ ਆਪਣੇ ਜਿੱਦਾਂ ਡੋਟਰਸ ਬਾਰੇ, ਮੇਰੀ ਡੋਟਰ ਦੇ ਨਾਲ ਬੜਾ ਤੇ ਆ, ਮੈਨੂੰ ਹਰ ਇੱਕ ਚੀਜ਼ ਮੈਨੂੰ ਗੱਲਬਾਤ ਕਰਦੀ ਹੈ, ਯੂਨੀਵਰਸਿਟੀ ਪੜ੍ਹਦੀ ਹੈ,
ਪਰ ਉਹਦਾ ਫੋਨ ਮੈਨੂੰ ਰੋਜ਼ ਆਉਂਦਾ ਕਿ ਡੈਡ ਠੀਕ ਆ, ਅੱਜ ਤੁਹਾਡੀ ਦਿਹਾੜੀ ਕਿੱਦਾਂ ਸੀਗੀ, ਤੁਸੀਂ ਕੁਛ ਖਾਧਾ ਸੀਗਾ? ਭਾਵੇਂ 5 ਮਿੰਟ ਹੀ ਗੱਲ ਕਰਦੀ, ਮੈਨੂੰ ਉਹ ਫੋਨ ਜ਼ਰੂਰ ਕਰਦੀ, ਤਾਂ ਮੈਂ ਉਸ ਚੀਜ਼ ਲਈ ਟਾਈਮ ਕੱਢਦਾ। ਮੇਰੇ ਲਈ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਉਹ, ਭਾਵੇਂ ਜਿੰਨਾ ਮਰਜ਼ੀ ਬਿਜ਼ੀ ਹੋਵਾਂ, ਕਿਉਂਕਿ ਆਪਾਂ ਜੋ ਵੀ ਕਰਦੇ ਹਾਂ ਆਪਾਂ ਆਪਣੇ ਫਿਊਚਰ ਵਾਸਤੇ ਕਰਦੇ, ਤਾਂ ਬੱਚੇ ਹੀ ਆਪਣੇ ਫਿਊਚਰ ਆ ਜੀ। ਸੋ ਉਸ ਦੇ ਵਿੱਚ ਮੈਂ ਵੀ ਆਪਣੇ ਡੋਟਰ ਦੇ ਨਾਲ ਗੱਲਬਾਤ ਕਰਦਾ, ਜੇ ਮੈਨੂੰ ਕੁਛ ਡਿਫੀਕਲਟ ਵੀ ਲੱਗਦਾ ਤੇ ਮੈਂ ਉਹਦੇ ਨਾਲ ਸ਼ੇਅਰ ਕਰਦਾ ਹੁੰਦਾ ਕਿ ਆਹ ਅੱਜ ਮੇਰੇ ਲਈ ਆਹ ਡਿਫੀਕਲਟ ਸੀਗਾ, ਤਾਂ ਫਿਰ ਮੈਂ ਉਹਦੀ ਉਹਦੀ ਰਾਏ ਵੀ ਸੁਣਦਾ ਹੁੰਦਾ ਕਿ ਉਹਦਾ ਕੀ ਵਿਚਾਰ ਹੈ ਇਸ ਚੀਜ਼ ਬਾਰੇ। ਐਂਡ ਗਾਹਾਂ ਜਾ ਕੇ ਜਦੋਂ ਉਹਨੂੰ ਲਾਈਫ ਪਾਰਟਨਰ ਮਿਲੂਗਾ ਮੇਰੀ ਡੋਟਰ ਨੂੰ, ਮੈਂ ਚਾਹੁੰਦਾ ਕਿ ਉਹਦਾ ਵੀ ਰਿਲੇਸ਼ਨਸ਼ਿਪ ਇੱਦਾਂ ਹੀ ਹੋਵੇ ਕਿ ਉਹਦਾ ਪਾਰਟਨਰ ਵੀ ਉਹਦੇ ਨਾਲ ਇਸ ਤਰ੍ਹਾਂ ਹੀ ਗੱਲ ਕਰ ਸਕੇ, ਟਰਸਟ ਬਣਦਾ, ਇੱਕ ਸਟਰੋਂਗ ਬੌਂਡ ਬਣਦੀ ਹੈ ਇੱਕ ਦੂਸਰੇ ਦੇ ਨਾਲ। ਐਂਡ ਡੈਫੀਨੇਟਲੀ ਆਪਣੇ ਇਮੋਸ਼ਨਸ ਸ਼ੋਅ ਕਰਨੇ ਚਾਹੀਦੇ ਆ। ਆਈ ਥਿੰਕ ਇਹਦੇ ਵਿੱਚ ਕੋਈ ਸੰਗਣ ਵਾਲੀ ਗੱਲ ਨਹੀਂ ਹੈ। No father should be embarrassed about sharing their emotions with their children. Yeah. So, ਜਿਵੇਂ ਤੁਸੀਂ ਕਿਹਾ ਕਿ ਆਪਣੀ weaker side fathers ਦਿਖਾਉਣਾ ਨਹੀਂ ਚਾਹੁੰਦੇ, but ਕਈ ਵਾਰ ਹੋ ਸਕਦਾ ਕਿਉਂਕਿ maybe it's the way they were raised, ਉਹਨਾਂ ਦੇ father ਨੇ ਨਹੀਂ ਉਹਨਾਂ ਨੂੰ ਉਸੇ ਤਰ੍ਹਾਂ ਪਿਆਰ ਦਿਖਾਇਆ, but ਉਹੀ dads ਜਦੋਂ ਅੱਗੇ ਜਾ ਕੇ grandparents ਬਣਦੇ ਨੇ, ਉਹ ਆਪਣੇ grandkids ਨੂੰ ਬਹੁਤ ਪਿਆਰ ਦਿਖਾ ਦਿੰਦੇ ਨੇ, but ਉਹਨਾਂ ਦੇ ਬੱਚਿਆਂ ਨੂੰ ਲੱਗਦਾ ਕਿ ਸ਼ਾਇਦ ਉਹਨਾਂ ਦੇ father ਉਹਨਾਂ ਨੂੰ ਪਿਆਰ ਨਹੀਂ ਕਰਦੇ ਸੀ। ਸੋ ਇਹ ਇਮੋਸ਼ਨਲ ਚੀਜ਼ ਨੂੰ ਕਿਵੇਂ ਹੈਂਡਲ ਕੀਤਾ ਜਾ ਸਕਦਾ ਜਿਹੜਾ ਕੋਈ ਇਸ ਸਟਰਗਲ ਦੇ ਵਿੱਚੋਂ ਲੰਘ ਰਿਹਾ ਇਸ ਵੇਲੇ? ਦੇਖੋ, ਇਹ ਜਦੋਂ ਗ੍ਰੈਂਡ ਪੇਰੈਂਟਸ ਬਣ ਜਾਂਦੇ ਆ, ਫਿਰ ਉਹਨਾਂ ਨੂੰ ਵੀ ਰੀਅਲਾਈਜ਼ ਹੁੰਦਾ ਨਾ ਕਿ ਜਿਹੜੇ ਸਾਨੂੰ ਚਾਹ ਸੀਗੇ ਅਸੀਂ ਆਪਣੇ ਪੋਤੇ ਪੋਤੀਆਂ ਦੇ ਨਾਲ ਹੁਣ ਉਹ ਪੂਰੇ ਕਰਾਂਗੇ ਜੀ, ਠੀਕ ਹੈ ਨਾ। ਬਟ ਉਹ ਫਿਰ ਜਿਹੜਾ ਇੱਕ ਜਨਰੇਸ਼ਨ ਗੈਪ ਵਿੱਚ ਬਣ ਜਾਂਦਾ ਆ, ਉਹ ਜਿਹੜੇ ਬੱਚੇ ਹੁੰਦੇ ਆ ਨਾ, ਉਹ ਵੀ ਉਹ ਪਿਆਰ ਆਪਣੇ ਬੱਚਿਆਂ ਦੇ ਥਰੂ ਦੇਖਦੇ ਆ ਆਪਣੇ ਪੇਰੈਂਟਸ ਦਾ। ਸੋ ਦੇ ਲਿਵ ਦੇਅਰ ਲਾਈਫ ਥਰੂ ਦੇਅਰ ਚਿਲਡਰਨ ਐਂਡ ਦੇਅਰ ਗ੍ਰੈਂਡ ਪੇਰੈਂਟਸ ਆਰ ਲਿਵਿੰਗ ਦੇਅਰ ਲਾਈਫ ਥਰੂ ਦੇਅਰ ਗ੍ਰੈਂਡ ਚਿਲਡਰਨ, ਹੈ ਨਾ। ਬਟ ਮੈਂ ਤਾਂ ਇਹੀ ਕਹਿੰਦਾ ਕਿ ਯੂ ਨੋ, ਮੇਰਾ ਫਾਦਰ ਵੀ ਇੱਦਾਂ ਹੀ ਹੈ, ਮੇਰਾ ਡੈਡ ਵੀ ਇੱਦਾਂ ਹੀ ਆਪਣੇ ਇਮੋਸ਼ਨਸ ਹੀ ਸ਼ੋਅ ਕਰਦੇ। ਬਟ ਮੈਨੂੰ ਪਤਾ ਹੈ ਕਿ ਉਹਨਾਂ ਦੇ ਕੋਲ ਇਮੋਸ਼ਨਸ ਹੈਗੇ ਆ, ਬਟ ਉਹ ਚੇਂਜ ਨਹੀਂ ਹੋ ਸਕਦੇ। ਆਪਾਂ ਉਹਨਾਂ ਨੂੰ ਜੇ ਆਪਾਂ ਸੋਚੀਏ ਨਾ ਕਿ ਅਸੀਂ ਹੁਣ ਚੇਂਜ ਕਰਨਾ ਉਹਨਾਂ ਨੂੰ, ਉਹ ਨਹੀਂ ਚੇਂਜ ਹੋਣਾ, ਕਿਉਂਕਿ ਇਹ ਜਨਰੇਸ਼ਨ ਤੋਂ ਹੀ ਏਦਾਂ ਚੱਲਦਾ ਆ ਰਿਹਾ। ਹੁਣ ਤੁਸੀਂ ਜੇ ਆਪਣੇ ਦਾਦੇ ਪੜਦਾਦਿਆਂ ਨੂੰ ਦੇਖੋਗੇ ਤੇ ਆਪਣੀ ਦਾਦੀਆਂ ਪੜਦਾਦਿਆਂ ਨੂੰ ਦੇਖੋਗੇ, ਉਹਨਾਂ ਦੇ ਵਿੱਚ ਜਿਹੜਾ ਥੋੜੀ ਜਿਹੀ ਗੱਲਬਾਤ ਹੁੰਦੀ ਸੀ, ਉਹ ਕਿੰਨੀ ਕੁ ਗੱਲਬਾਤ ਇੱਕ ਦੂਜੇ ਨਾਲ ਕਰਦੇ ਸੀਗੇ ਜੀ ਜੀ। ਸੋ ਇਹ ਹੌਲੀ ਹੌਲੀ ਚੇਂਜ ਹੁੰਦਾ, ਐਂਡ ਆਈ ਥਿੰਕ ਇਟਸ ਗੁੱਡ ਬਿਕਾਜ਼ ਸਟਰੋਂਗ ਸੀਗਾ, ਪਰ ਫਿਰ ਵੀ ਉਹਨਾਂ ਨੇ ਪਰਿਵਾਰ ਆਪਣੇ ਰੇਜ਼ ਕੀਤੇ ਆ, ਉਹਨਾਂ ਨੇ ਬਹੁਤ ਵਧੀਆ ਜਾਣੀ ਕਿ ਆਪਣੇ ਸਮੇਂ ਦੇ ਹਿਸਾਬ ਨਾਲ ਕੀਤਾ। ਪਰ ਜਿੱਦਾਂ ਤੁਸੀਂ ਕਹਿ ਰਹੇ ਨਾ ਕਿ ਵੀ ਟਾਈਮ ਵੀ ਚੇਂਜ ਹੋ ਗਿਆ ਬਹੁਤ, ਤੇ ਉਹ ਇੱਕ ਕਨੈਕਸ਼ਨ ਆਪਣੇ ਬੱਚਿਆਂ ਨਾਲ ਰੱਖਣ ਲਈ ਆਪਾਂ ਨੂੰ ਵੀ ਥੋੜਾ ਜਿਹਾ ਚੇਂਜ ਹੋਣਾ ਚਾਹੀਦਾ। ਐਂਡ ਜ਼ਰੂਰੀ ਨਹੀਂ ਕਿ ਆਪਾਂ ਨੂੰ ਵੀ ਸਦੀਆਂ ਤੋਂ ਜੋ ਚੀਜ਼ ਚੱਲਦੀ ਆ ਰਹੀ ਕਿ ਉਹ ਓਦਾਂ ਹੀ ਰੱਖਣੀ ਆ। ਜਿੱਦਾਂ ਆਪਾਂ ਆਪਣੇ ਬੱਚਿਆਂ ਦੇ ਨਾਲ ਜੇ ਆਪਾਂ ਹੁਣ ਪਿਆਰ ਮੁਹੱਬਤ ਵਧਾਉਣੀ ਚਾਹੁੰਦੇ ਹਾਂ, ਸੋ ਆਪਾਂ ਨੂੰ ਵੀ ਉਹ ਚੀਜ਼ਾਂ ਨੂੰ ਚੇਂਜ ਕਰਨਾ ਪੈਣਾ ਜੇ ਆਪਾਂ ਉਸ ਲੈਵਲ ਦਾ ਕਨੈਕਸ਼ਨ ਰੱਖਣਾ ਚਾਹੁੰਦੇ ਹਾਂ। ਕਿਉਂਕਿ ਪਾਸ ਦੇ ਵਿੱਚ ਕੀ ਹੁੰਦਾ ਸੀਗਾ ਕਿ ਇੱਕ ਡਰ ਵੀ ਹੁੰਦਾ ਸੀਗਾ ਆਪਣੇ ਮਾਪੇ ਤੋਂ, ਦਾਦੇ ਪੜਦਾਦਿਆਂ ਤੋਂ ਜੀ ਜੀ ਬਿਲਕੁਲ, ਤੇ ਉਹ ਡਰ ਕਰਕੇ ਵੀ ਉਹ ਪਿਆਰ ਉੱਥੇ ਹੀ ਰਹਿੰਦਾ ਸੀਗਾ। ਬਟ ਹੁਣ ਗਾਂ ਦੀ ਗਾਂ ਜਿੱਦਾਂ ਤੁਸੀਂ ਕਹਿੰਦੇ ਕਿ ਬੱਚੇ ਵੀ ਚੇਂਜ ਹੁੰਦੇ ਆ, ਆਪਾਂ ਨੂੰ ਜੋ ਵੀ ਕਰਨਾ ਪੈਣਾ ਆਪਾਂ ਨੂੰ ਕਰਨਾ ਹੀ ਪੈਣਾ ਕਨੈਕਸ਼ਨ ਰੱਖਣ ਵਾਸਤੇ। ਆਈ ਥਿੰਕ ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ, ਪੇਰੈਂਟਸ ਦੇ ਐਕਸ਼ਨਸ ਤਾਂ ਦੱਸ ਹੀ ਦਿੰਦੇ ਨੇ ਕਿ ਪਿਆਰ ਹੈਗਾ। ਯਾ ਫੋਰ ਸ਼ੋਰ, ਡੈਫੀਨਿਟਲੀ। ਸੋ ਪੇਰੈਂਟਿੰਗ ਵੀ ਹੁਣ ਕਾਫੀ ਜ਼ਿਆਦਾ ਔਖੀ ਆ, ਇਟਸ ਨਾਟ ਐਨ ਈਜ਼ੀ ਜੌਬ। ਪੇਰੈਂਟਸ ਨੂੰ ਹਰ ਰੋਜ਼ ਸਟਰਗਲ ਕਰਨਾ ਪੈਂਦਾ ਆਪਣੇ ਬੱਚਿਆਂ ਦੇ ਨਾਲ, ਉਹ ਵੀ ਗਰੋ ਹੋ ਰਹੇ ਨੇ ਆਫਕੋਰਸ। ਹੁਣ ਕਈ ਵਾਰ ਕੀ ਹੁੰਦਾ, ਬੱਚਿਆਂ ਦੇ ਅੰਦਰ ਕਿਸੇ ਚੀਜ਼ ਨੂੰ ਲੈ ਕੇ ਡਰ ਪੈਦਾ ਹੋ ਜਾਂਦਾ, ਜਾਂ ਉਹ ਇੰਨਾ ਜ਼ਿਆਦਾ ਕਿਸੇ ਚੀਜ਼ ਦੀ ਕੰਫਰਟ ਜ਼ੋਨ ਦੇ ਵਿੱਚ ਹੁੰਦੇ ਆ ਕਿ ਉਸ ਤੋਂ ਬਾਹਰ ਨਿਕਲਣਾ ਉਹਨਾਂ ਨੂੰ ਉਹਦਾ ਹੀ ਡਰ ਹੁੰਦਾ ਕਿ ਕੰਫਰਟ ਜ਼ੋਨ 'ਚੋਂ ਬਾਹਰ ਨਹੀਂ ਨਿਕਲਦੇ, ਕਿ ਜਿਵੇਂ ਸਲੀਪ ਵਾਕਿੰਗ ਚੱਲ ਰਹੀ ਆ ਉਹਨਾਂ ਦੀ ਐਵਰੀ ਡੇ ਲਾਈਫ। ਸੋ ਉਹ ਡਰ ਉਹ ਕੰਫਰਟ ਜ਼ੋਨ 'ਚੋਂ ਕਿਵੇਂ ਕੱਢ ਸਕਦੇ ਨੇ ਪੇਰੈਂਟਸ ਆਪਣੇ ਬੱਚਿਆਂ ਨੂੰ? ਇਹ ਉਹੀ ਗੱਲ ਆ ਜਾਂਦੀ ਨਾ ਐਕਸਪੀਰੀਅੰਸ ਤੋਂ। ਪਹਿਲੀ ਤਾਂ ਗੱਲ ਇਹ ਆ ਕਿ ਬੱਚਿਆਂ ਨੂੰ ਇਹ ਆਪਾਂ ਨੂੰ ਸਿਖਾਉਣਾ ਚਾਹੀਦਾ ਕਿ ਫੇਲੀਅਰ ਤੋਂ ਨਹੀਂ ਡਰਨਾ ਚਾਹੀਦਾ ਜੀ, ਠੀਕ ਹੈ ਨਾ। ਕਈ ਵਾਰੀ ਆਪਾਂ ਬੱਚਿਆਂ ਤੇ ਬਹੁਤ ਐਕਸਪੈਕਟੇਸ਼ਨ ਰੱਖੀ ਹੁੰਦੀ ਹੈ, ਜਿਵੇਂ ਬੱਚਿਆਂ ਦੇ ਵਿੱਚ ਉਹ ਡਰ ਪੈਦਾ ਹੋ ਜਾਂਦਾ ਕਿ ਜੇ ਮੈਂ ਆਹ ਚੀਜ਼ ਕਰਾਂ ਸ਼ਾਇਦ ਮੇਰੇ ਮਾਪੇ ਮੇਰੇ ਤੋਂ ਲੈਟ ਡਾਊਨ ਫੀਲ ਕਰਨਗੇ, ਮੇਰੇ ਤੋਂ ਨਾਰਾਜ਼ ਹੋ ਜਾਣਗੇ, ਡਿਸਅਪੋਇੰਟ ਹੋ ਜਾਣਗੇ ਮੇਰੇ ਤੋਂ ਕਿ ਮੇਰੇ ਕੋਲ ਉਹ ਚੀਜ਼ ਹੋਈ ਨਹੀਂ ਜਿੰਨੀ ਕਿ ਐਕਸਪੈਕਟੇਸ਼ਨ ਰੱਖੀ ਹੈ। ਪਰ ਫੇਲੀਅਰ ਜਿਹੜਾ ਹੁੰਦਾ ਨਾ, ਫੇਲੀਅਰ ਫਾਈਨਲ ਉਦੋਂ ਹੀ ਹੁੰਦਾ ਜਦੋਂ ਤੁਸੀਂ ਹਾਰ ਆਪਣੀ ਮੰਨ ਲੈਂਦੇ ਆ ਜੀ। ਤੇ ਬੱਚਿਆਂ ਨੂੰ ਇਹ ਚੀਜ਼ ਸਿਖਾਉਣੀ ਚਾਹੀਦੀ ਹੈ ਕਿ ਜੇ ਤੁਸੀਂ ਕੋਸ਼ਿਸ਼ ਤਾਂ ਕਰੋ, ਫੇਲ ਵੀ ਹੋ ਜਾਓਗੇ ਤਾਂ ਕੋਈ ਚੱਕਰ ਨਹੀਂ ਹੈਗਾ। ਸੋ ਮੇਰੇ ਬੱਚੇ ਹੁਣ ਆ ਥੋੜੇ ਪਿਛਲੇ ਸਾਲ ਮੇਰੀ ਡੋਟਰ ਬੜੀ ਸਟ੍ਰੈਸ ਸੀ ਐਗਜ਼ਾਮਸ ਤੋਂ ਕਿ ਵੀ ਜੇ ਮੇਰੇ ਮਾਰਕ ਨਹੀਂ ਆਏ ਮੈਨੂੰ ਯੂਨੀਵਰਸਿਟੀ ਨਹੀਂ ਮਿਲਣੀ, ਤੇ ਫਿਰ ਡੈਡ ਤੁਸੀਂ ਅਪਸੈਟ ਹੋਵੋਗੇ। ਮੈਂ ਕਿਹਾ ਮੈਨੂੰ ਕੋਈ ਪਰਵਾਹ ਨਹੀਂ ਹੈਗੀ, ਪਰ ਤੂੰ ਦੱਬ ਕੇ ਪੜ੍ਹ,
ਜੇ ਰਿਜ਼ਲਟ ਤੇਰੇ ਜ਼ੋਰ ਨਾਲ ਪੜ੍ਹਨ ਦੇ ਨਾਲ ਆ ਗਿਆ ਤਾਂ ਵਧੀਆ, ਜੇ ਨਾ ਕੋਈ ਚੱਕਰ ਨਹੀਂ ਹੈਗਾ, ਆਪਣੇ ਕੋਲ ਬਹੁਤ ਸਾਰੀਆਂ ਓਪਰਚੁਨਿਟੀਆਂ ਆਪਾਂ ਹੋਰ ਐਕਸਪਲੋਰ ਕਰਦੇ ਹਾਂ। ਜੀ ਐਂਡ ਮੈਂ ਫਿਰ ਟਾਈਮ ਕੱਢ ਕੇ ਉਹ ਚੀਜ਼ਾਂ ਦੇਖੀਆਂ ਕਿ ਅਗਰ ਆਪਾਂ ਨੂੰ ਉਹ ਚੀਜ਼ ਨਾ ਮਿਲੀ ਜਿਹਦੇ ਵਿੱਚ ਤੁਸੀਂ ਮਿਹਨਤ ਕਰਦੇ ਆ, ਆਪਾਂ ਹੋਰ ਲਈ ਟਰਾਈ ਕਰਾਂਗੇ, ਫਿਰ ਹੋਰ ਲਈ ਕਰਾਂਗੇ। ਮੇਰੇ ਵੱਲੋਂ ਕੋਈ ਪ੍ਰੈਸ਼ਰ ਨਹੀਂ ਹੈਗਾ ਤੁਹਾਨੂੰ ਕਿ ਤੁਹਾਨੂੰ ਇੰਨੇ ਟਾਈਮ ਦੇ ਵਿੱਚ ਆਹ ਚੀਜ਼ ਅਚੀਵਮੈਂਟ ਕਰਨੀ ਪੈਣੀ ਹੈ। ਜੀ ਸੋ ਮੈਂ ਖੁਦ ਉਹਨਾਂ ਲਈ ਇਸ ਚੀਜ਼ ਵਾਸਤੇ ਐਗਜ਼ਾਮਪਲ ਬਣਦਾ, ਮੈਂ ਖੁਦ ਆਪਣੇ ਲਈ ਫਿਜ਼ੀਕਲ ਚੈਲੰਜਸ ਕਰਦਾ ਹੁੰਦਾ ਇਹਨਾਂ ਨੂੰ ਦਿਖਾਉਣ ਵਾਸਤੇ ਕਿ ਮੈਂ ਆਹ ਚੀਜ਼ ਕੀਤੀ ਹੈ। ਜੇ ਮੈਂ ਫੇਲ ਵੀ ਹੋ ਜਾਵਾਂ ਮੈਂ ਦੱਸ ਦਿੰਦਾ ਕਿ ਆਹ ਚੀਜ਼ ਮੇਰੇ ਤੋਂ ਹੋਈ ਨਹੀਂ, ਮੈਂ ਨੈਕਸਟ ਟਾਈਮ ਹੁਣ ਦੁਬਾਰਾ ਟਰਾਈ ਕਰੂੰਗਾ। ਉਹਦੇ ਨਾਲ ਕਿਤੇ ਨਾ ਕਿਤੇ ਬੱਚਿਆਂ ਨੂੰ ਵੀ ਫਿਰ ਕੁਝ ਸਿੱਖਣ ਨੂੰ ਮਿਲਦਾ ਕਿ ਹਾਂਜੀ ਫੇਲੀਅਰ ਦੇ ਵਿੱਚ ਉਹਨਾਂ ਨੇ ਇੱਕ ਪੋਜ਼ਿਟਿਵ ਵੇ ਦੇ ਨਾਲ ਕੀਤੀ ਕਿ ਮੈਂ ਆਹ ਚੀਜ਼ ਤੋਂ ਫੇਲ ਹੋ ਗਿਆ, ਬਟ ਮੈਂ ਆਹ ਚੀਜ਼ ਸਿੱਖੀ ਇਹਦੇ ਵਿੱਚ, ਹੁਣ ਮੈਂ ਜਦੋਂ ਦੁਬਾਰਾ ਟਰਾਈ ਕਰੂੰਗਾ ਤਾਂ ਫਿਰ ਮੈਂ ਆਹ ਚੀਜ਼ ਬੈਟਰ ਕਰੂੰਗਾ। ਫਿਰ ਬੱਚਿਆਂ ਨੂੰ ਉਹ ਡਰ ਨਹੀਂ ਹੁੰਦਾ ਕਿ ਐਟਲੀਸਟ ਮੈਨੂੰ ਇਹ ਚੀਜ਼ ਹੈ ਕਿ ਮੇਰੇ ਕੋਲ ਇੱਕ ਹੋਰ ਪਲਾਨ ਹੈਗਾ। ਸੋ ਡੈਫੀਨੇਟਲੀ ਫੇਲੀਅਰ ਦਾ ਡਰ ਆਪਣੇ ਆਪਾਂ ਨੂੰ ਬੱਚਿਆਂ ਤੋਂ, ਬੱਚਿਆਂ ਦੇ ਮਨ ਚੋਂ ਕੱਢਣਾ ਚਾਹੀਦਾ। ਜੀ ਆਈ ਥਿੰਕ ਹਾਂਜੀ ਤੁਹਾਡੀ ਗੱਲ ਸਹੀ ਹੈ ਕਿ ਹਾਰਨ ਦੇ ਡਰ ਤੋਂ, ਫੇਲ ਹੋਣ ਦੇ ਡਰ ਤੋਂ ਹੀ ਕਈ ਵਾਰ ਐਕਸ਼ਨ ਨਹੀਂ ਲਏ ਜਾਂਦੇ। ਬਿਲਕੁਲ ਸਹੀ ਆ। ਫਿਰ ਕਈ ਵਾਰੀ ਓਪਰਚੁਨਿਟੀ ਮਿਸ ਕਰ ਜਾਂਦੇ ਬੱਚੇ ਜਦੋਂ ਉਹ ਕੰਮ ਹੀ ਨਹੀਂ ਕਰਦੇ ਡਰ ਦੇ ਮਾਰੇ, ਜੀ ਜਦੋਂ ਓਪਰਚੁਨਿਟੀ ਨਿਕਲ ਜਾਂਦੀ ਹੱਥ ਤੋਂ। ਸੋ ਹੁਣ ਜਨਰੇਸ਼ਨ ਗੈਪ ਕਾਫੀ ਜ਼ਿਆਦਾ, ਹਰੇਕ ਦਾ ਪੇਰੈਂਟਿੰਗ ਸਟਾਈਲ ਡਿਫਰੈਂਟ ਆ, ਬਟ ਇਹ ਜਿਹੜਾ ਬੌਂਡ ਆ ਫਾਦਰ ਦਾ ਡਾਟਰ ਨਾਲ ਜਾਂ ਫਾਦਰ ਦਾ ਮਦਰ ਦੇ ਨਾਲ, ਜਿਹੜਾ ਪੇਰੈਂਟਸ ਦਾ ਆਪਣੇ ਬੱਚਿਆਂ ਦੇ ਨਾਲ, ਇਹ ਮਜ਼ਬੂਤ ਬੌਂਡ ਬਚਪਨ ਤੋਂ ਹੀ ਬਾਈ ਬਰਥ ਇਹ ਸ਼ੁਰੂ ਹੁੰਦਾ। ਇਹਨੂੰ ਹੋਰ ਸਟਰੋਂਗ ਕਰਨ ਦੇ ਲਈ ਕੁਝ ਹੋਰ ਟਿਪਸ ਜੇ ਤੁਹਾਡੇ ਕੋਲ ਹੈਗੀਆਂ ਨੇ ਤਾਂ ਜ਼ਰੂਰ ਸ਼ੇਅਰ ਕਰੋ। ਬਿਲਕੁਲ, ਸਪੋਰਟਸ ਇੰਟਰਸਟਸ, ਬਟ ਪਹਿਲੀ ਟਿਪ ਤਾਂ ਇਹੀ ਹੋਊਗੀ ਜਦੋਂ ਤੁਸੀਂ ਆਪਣੇ ਬੱਚਿਆਂ ਦੇ ਨਾਲ ਰਹਿਣਾ, ਆਪਣੇ ਫੋਨ ਨੂੰ ਤੁਸੀਂ ਪਾਸੇ ਤੇ ਰੱਖ ਦੋ। ਮੈਂ ਹੁਣ ਵੀ ਆਪਣੇ ਕੋਲ ਤੋਂ ਬਾਅਦ ਮੈਂ ਰੈਸਟੋਰੈਂਟ ਤੇ ਜਾ ਰਿਹਾ ਆਪਣੇ ਬੱਚਿਆਂ ਦੇ ਨਾਲ, ਸਾਡਾ ਇੱਕ ਰੂਲ ਹੁੰਦਾ ਕਿ ਟੈਲੀਫੋਨਾਂ ਨੂੰ ਅਸੀਂ ਸਾਇਲੈਂਟ ਤੇ ਕਰਕੇ ਸਾਈਡ ਤੇ ਰੱਖ ਦੇਣਾ। ਜੀ ਪਰ ਅਸੀਂ ਇੱਕ ਚੀਜ਼ ਜ਼ਰੂਰ ਕਰਦੇ ਹੁੰਦੇ, ਅਸੀਂ ਆਲੇ ਦੁਆਲੇ ਦੇਖਦੇ ਹੁੰਦੇ ਕਿ ਕਿੰਨੇ ਲੋਕ ਟੇਬਲਾਂ ਤੇ ਬੈਠੇ ਆ, ਇਕੱਠੇ ਆਏ ਆ, ਪਰ ਹਰ ਇੱਕ ਨੇ ਆਪਣੇ ਆਪਣੇ ਹੱਥ ਦੇ ਵਿੱਚ ਫੋਨ ਫੜਿਆ ਹੁੰਦਾ, ਯਾਨੀ ਕਿ ਇਕੱਠੇ ਹੋ ਕੇ ਵੀ ਇਕੱਠੇ ਨਹੀਂ ਹੁੰਦੇ ਹਨਾ। ਤੇ ਦੂਸਰੀ ਚੀਜ਼ ਹੈ ਕਿ ਯੂ ਨੋ ਜ਼ਰੂਰੀ ਨਹੀਂ ਕਿ ਤੁਸੀਂ ਬਾਹਰ ਹੀ ਜਾ ਕੇ, ਕਈ ਹੁੰਦੇ ਨਾ ਕਿ ਸੋਚਦੇ ਕਿ ਜਦੋਂ ਵੀ ਬਾਹਰ ਜਾਂਦੇ ਆ ਉਹ ਬਜਟ ਹੁੰਦਾ ਹੈ ਕਿ ਇੰਨੇ ਪੈਸੇ ਖਰਚਣੇ ਪੈਣੇ ਆ, ਉਹ ਪੈਸੇ ਦੀ ਗੱਲ ਨਹੀਂ ਹੁੰਦੀ, ਤੁਸੀਂ ਕੋਈ ਵੀ ਐਕਟੀਵਿਟੀ ਆਪਣੇ ਬੱਚਿਆਂ ਨਾਲ ਕਰ ਸਕਦੇ ਆ, ਬਟ ਡੈਫੀਨੇਟਲੀ ਆਪਣੇ ਬੱਚਿਆਂ ਦੇ ਇੰਟਰਸਟ ਬਾਰੇ ਸਿੱਖੋ। ਮੈਂ ਹਮੇਸ਼ਾ ਕੋਈ ਵੀ ਚੀਜ਼ ਦੱਸਦਾ ਹੁੰਦਾ ਜਾਂ ਕਹਿੰਦਾ ਹੁੰਦਾ, ਮੈਂ ਉਹਦਾ ਇੱਕ ਐਗਜ਼ਾਮਪਲ ਰੀਅਲ ਲਾਈਫ ਦੱਸਦਾ ਹੁੰਦਾ ਕਿ ਮੈਂ ਕੀ ਚੀਜ਼ ਸਿੱਖੀ ਹੈ। ਸੋ ਮੈਨੂੰ ਛੋਟੇ ਹੁੰਦੇ ਆਪਣੇ ਜਦੋਂ ਮੇਰਾ ਬੇਟਾ ਛੋਟਾ ਸੀ ਨਾ ਮੁੰਡਾ, ਤੇ ਮੈਨੂੰ ਸਿਖਾ ਕੇ ਕ੍ਰਿਕਟ ਦੇ ਵਿੱਚ ਆਵੇ, ਤੇ ਮੈਂ ਬੜਾ ਜ਼ੋਰ ਲਾਇਆ ਬਟ ਉਹਦਾ ਇੰਟਰਸਟ ਨਹੀਂ ਸੀਗਾ। ਸੋ ਫਿਰ ਅਸੀਂ ਫੁੱਟਬਾਲ ਤੇ ਲਾਇਆ, ਫਿਰ ਇਹਨੂੰ ਬਾਕਸਿੰਗ ਦੇ ਵਿੱਚ ਲਾਇਆ, ਪਰ ਜਿਹੜੀ ਚੀਜ਼ ਦੇ ਵਿੱਚ ਉਹਦਾ ਇੰਟਰਸਟ ਸੀ ਮੈਂ ਉਹਦੇ ਵਿੱਚ ਹੀ ਉਹਨੂੰ ਪੁਸ਼ ਕੀਤਾ। ਐਂਡ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਮੈਂ ਘਰੋਂ ਬਾਹਰ ਵੀ ਹੁੰਦਾ ਨਾ, ਜਦੋਂ ਮੈਂ ਟਰੈਵਲਸ ਤੇ ਹੁੰਦਾ ਇੰਡੀਆ ਜਾਂ ਦੁਬਈ ਕਿਤੇ ਵੀ ਹੁੰਦਾ, ਸਾਡਾ ਇੱਕ ਕਾਮਨ ਇੱਕ ਗੱਲਬਾਤ ਹੁੰਦੀ ਕਿ ਹਾਂ ਵੀ ਉਸ ਇੰਟਰਸਟ ਬਾਰੇ ਅਸੀਂ ਗੱਲ ਕਰਦੇ ਕਿ ਹਾਂ ਵੀ ਕਿੱਦਾਂ ਕਿੱਦਾਂ ਜਾ ਰਹੀ ਹੈ ਚੀਜ਼, ਕਿਉਂਕਿ ਸਾਨੂੰ ਪਤਾ ਕਿ ਕੋਲ ਹੋ ਕੇ ਅਸੀਂ ਉਹ ਚੀਜ਼ ਐਕਸਪੀਰੀਅੰਸ ਕਰਦੇ ਹਾਂ। ਜਦੋਂ ਫਿਰ ਇੱਕ ਦੂਜੇ ਤੋਂ ਦੂਰ ਹੁੰਦੇ ਹਾਂ, ਸਾਡੇ ਕੋਲ ਇੱਕ ਕਾਮਨ ਇੰਟਰਸਟ ਹੁੰਦਾ ਜਿਹਦੇ ਵਿੱਚ ਆਪਾਂ ਨੂੰ ਪਤਾ ਕਿ ਸਾਡੇ ਬੱਚਿਆਂ ਦਾ ਉਸ ਚੀਜ਼ ਵਿੱਚ ਇੰਟਰਸਟ ਹੈ, ਇਹ ਇੱਕ ਟੋਪਿਕ ਆਫ ਡਿਸਕਸ਼ਨ ਬਣ ਜਾਂਦਾ ਆਪਣੇ ਵਾਸਤੇ, ਠੀਕ ਹੈ ਨਾ। ਸੋ ਇਹੀ ਕੁਛ ਹੁੰਦਾ ਜੇ ਆਪਾਂ ਜ਼ਬਰਦਸਤੀ ਨੀ, ਸ਼ਾਇਦ ਤੁਹਾਡੇ ਨਾਲ ਵੀ ਇਹ ਚੀਜ਼ ਹੋਈ ਹੋਵੇ ਜਦੋਂ ਅਸੀਂ ਛੋਟੇ ਹੁੰਦੇ ਸੀਗੇ, ਸਾਨੂੰ ਫੋਨ ਫੜਾ ਦੇਣਾ ਕਿ ਹਾਂਜੀ ਤੇਰੀ ਭੂਆ ਆ, ਤੇਰੀ ਮਾਸੀ, ਉਹਨਾਂ ਨਾਲ ਗੱਲ ਕਰ, ਤਾਂ ਬੱਚਿਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਕਹੀਏ ਕਿ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਠੀਕ ਆ, ਹਾਂਜੀ ਠੀਕ ਹੈ, ਹੋਰ ਕਿੱਦਾਂ, ਠੀਕ ਹੈ ਜੀ, ਉਹ ਫੋਰਮੈਲਿਟੀ ਬਣ ਜਾਂਦੀ। ਜੇ ਤੁਸੀਂ ਬੱਚਿਆਂ ਦੇ ਨਾਲ ਫੋਰਮੈਲਿਟੀ ਕਰਨੀ ਹੈ ਤਾਂ ਫਿਰ ਤੁਹਾਡਾ ਕਨੈਕਸ਼ਨ ਕਦੇ ਵੀ ਨਹੀਂ ਬਣਨਾ। ਜੀ 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 ਸੋ ਜੈਨੂਇਨ ਇੰਟਰਸਟ ਜਿਹੜੇ ਉਹ ਪੈਦਾ ਕਰਨੇ ਚਾਹੀਦੇ ਆ। ਈਵਨ ਜੇ ਤੁਹਾਨੂੰ ਲੱਗਦਾ ਕਿ ਬਹੁਤ ਦੇਰ ਹੋ ਗਈ ਆ ਹੁਣ ਮੈਂ ਕਿੱਦਾਂ ਕਰਾਂ, ਇਟਸ ਨੈਵਰ ਟੂ ਲੇਟ, ਯੂ ਨੋ ਇਟਸ ਨੈਵਰ ਟੂ ਲੇਟ। ਸਵਾਲ ਪੁੱਛੋ ਬੱਚਿਆਂ ਨੂੰ ਕੀ ਕਰਦੇ ਕੀ ਨਹੀਂ, ਜੈਨੂਇਨਲੀ ਇੰਟਰਸਟ ਦਿਵੋ ਉਹਦੇ ਵਿੱਚ, ਐਂਡ ਤੁਹਾਡਾ ਕਨੈਕਸ਼ਨ ਜ਼ਰੂਰ ਬਣੂਗਾ। ਜੀ ਸੋ ਤੁਹਾਨੂੰ ਲੱਗਦਾ ਕਿ ਬੱਚਿਆਂ ਨਾਲ ਜੇ ਫਰੈਂਡਸ ਵਾਂਗੂ ਪੇਰੈਂਟਸ ਟ੍ਰੀਟ ਕਰਦੇ ਨੇ, ਇਜ਼ ਇਟ ਅ ਗੁੱਡ ਥਿੰਗ? ਆਫ ਕੋਰਸ ਡੈਫੀਨੇਟਲੀ। ਦੇਖੋ ਹਰ ਇੱਕ ਚੀਜ਼ ਦੀ ਇੱਕ ਆਪਣੀ ਆਪਣੀ ਜਗ੍ਹਾ ਹੁੰਦੀ ਹੈ। ਹੁਣ ਕੱਲੇ ਹੀ ਤੁਸੀਂ ਫਰੈਂਡਸ ਬਣ ਜਾਓਗੇ ਆਪਣੇ ਬੱਚਿਆਂ ਦੇ ਨਾਲ, ਫੇਰ ਤਾਂ ਉਹਨਾਂ ਨੂੰ ਥੋੜਾ ਜਿਹਾ ਡਰ ਵੀ ਹੋਣਾ ਚਾਹੀਦਾ ਕਿ ਵੀ ਗਲਤ ਕੰਮ ਨਾ ਕਰਾਂ, ਕੋਈ ਵੀ ਗਲਤ ਚੀਜ਼ ਦੇ ਵਿੱਚ ਨਾ ਪਵਾਂ। ਮੈਨੂੰ ਆਪਣੇ ਡੈਡ, ਮੇਰਾ ਡੈਡੀ ਮੇਰੇ ਲਈ ਤਾਂ ਹੀਰੋ ਆ, ਰਾਈਟ, ਮੇਰੀ ਮੰਮ ਵੀ ਮੇਰੇ ਲਈ ਏਦਾਂ ਸੀ, ਤੇ ਮੇਰੇ ਡੈਡ ਦੇ ਨਾਲ ਮੇਰੀ ਯਾਰੀ ਦੋਸਤੀ ਆ, ਪਰ ਇੱਕ ਡਰ ਵੀ ਆ ਹਾਲੇ ਵੀ। ਜੇ ਮੈਂ ਕੋਈ ਕੰਮ ਕਰਦਾ ਜੇ ਘਰੋਂ ਬਾਹਰ ਵੀ ਜਾਂਦਾ, ਮੈਂ ਡੈਡੀ ਨੂੰ ਦੱਸਦਾ ਹੁੰਦਾ ਡੈਡ ਮੈਂ ਲੇਟ ਹੋਣਾ, ਪਤਾ ਤਾਂ ਹੈਗਾ ਡੈਡ ਨੇ ਕਹਿਣਾ ਕਿ ਟਾਈਮ ਨਾਲ ਆ ਜੀ, ਮੈਂ ਲੇਟ ਵੀ ਹੋ ਜਾਈ, ਉਹਨਾਂ ਨੇ ਕਹਿਣਾ ਹੀ ਹੁੰਦੀ ਹੈ ਚੀਜ਼, ਤਾਂ ਆਪਾਂ ਨੂੰ ਉਸ ਚੀਜ਼ ਦਾ ਡਰ ਹੁੰਦਾ ਜੀ। ਬਟ ਹੁਣ ਆਪਾਂ ਗਾਹਾਂ ਜੇ ਬੱਚਿਆਂ ਨੂੰ ਸਿਰਫ ਡਰ ਹੀ ਕਰੀਏ, ਡਰ ਹੀ ਪੈਦਾ ਕਰੀਏ, ਤੇ ਉਹ ਵੀ ਨਹੀਂ ਗੱਲ ਬਣਦੀ। ਸੋ
ਇੱਕ ਬੈਲੈਂਸ ਹੁੰਦਾ ਆ ਸਾਰੀਆਂ ਚੀਜ਼ਾਂ ਦਾ। ਦੋਸਤੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਤੁਹਾਡੇ ਬੱਚੇ ਕੰਫਰਟੇਬਲ ਫੀਲ ਕਰਨ, ਤੁਹਾਡੇ ਨਾਲ ਕੋਈ ਵੀ ਗੱਲ ਸ਼ੇਅਰ ਕਰਨ। ਤੇ ਜਦੋਂ ਫਿਰ ਡਰ ਦੀ ਗੱਲ ਹੁੰਦੀ ਹੈ ਤੁਸੀਂ ਕਹਿ ਵੀ ਸਕਦੇ ਦੇਖੋ ਜੀ ਆਹ ਕੰਮ ਏਦਾਂ ਨਹੀਂ ਕਰਨਾ, ਇਸ ਰੀਜ਼ਨ ਕਰਕੇ ਐਕਸਪਲੇਨ ਕਰਨੀ ਚਾਹੀਦੀ ਹੈ ਹਰ ਇੱਕ ਗੱਲ ਜੀ। ਸੋ ਆਈ ਥਿੰਕ ਇਹ ਚੀਜ਼ਾਂ ਦਾ ਬੈਲੈਂਸ ਹੋਵੇ ਤਾਂ ਇਟਸ ਬ੍ਰਿਲੀਅੰਟ। ਬਟ ਯੈਸ ਤੁਹਾਡੀ ਗੱਲ ਦਾ, ਤੁਹਾਡੇ ਸਵਾਲ ਦਾ ਜਵਾਬ ਕਿ ਦੋਸਤੀ ਹੋਵੇ ਤਾਂ ਬਹੁਤ ਵਧੀਆ ਚੀਜ਼ ਹੈ ਉਹ, ਤੁਹਾਡਾ ਇੱਕ ਕਨੈਕਸ਼ਨ ਬਹੁਤ ਜਾਣੀ ਕਿ ਬਹੁਤ ਬਿਊਟੀਫੁਲ ਕਨੈਕਸ਼ਨ ਬਣਦਾ ਤੁਹਾਡਾ ਜੀ। ਸੋ ਬੈਲੈਂਸ, ਫਾਈਨ ਬੈਲੈਂਸ ਹੋਣਾ ਚਾਹੀਦਾ, ਹੱਸੋ ਖੇਡੋ ਬਟ ਪੇਰੈਂਟ ਵੀ ਬਣੋ। ਯਾ ਡੈਫੀਨਿਟਲੀ। ਸੋ ਜਾਣ ਤੋਂ ਪਹਿਲਾਂ ਜੈਕ ਚੀਮਾ ਜੀ, ਤੁਸੀਂ ਆਪਣੇ ਫਾਦਰ ਦੇ ਨਾਲ ਕੋਈ ਫੇਵਰੇਟ ਮੈਮਰੀ ਜੇ ਤੁਹਾਨੂੰ ਕੋਈ ਯਾਦ ਆ ਤਾਂ ਜ਼ਰੂਰ ਸ਼ੇਅਰ ਕਰਕੇ ਜਾਓ। ਮੈਮਰੀ ਹੈ ਤਾਂ ਬਹੁਤ ਆ। ਮੇਰੇ ਛੋਟੇ ਹੁੰਦੇ ਦੀ ਮੈਮਰੀ ਹੈ ਇੱਕ, ਮੇਰੇ ਡੈਡ ਮੈਨੂੰ ਛੋਟੇ ਹੁੰਦੇ ਤੋਂ ਇੰਡੀਆ ਭੇਜਦੇ ਸੀ। ਮੇਰਾ ਜਨਮ ਤਾਂ ਯੂਕੇ ਦਾ ਹੀ ਆ, ਪਰ ਮੇਰਾ ਕਨੈਕਸ਼ਨ ਇੰਡੀਆ ਮੇਰੇ ਡੈਡੀ ਕਰਕੇ ਬਣਿਆ ਸੀ, ਕਿਉਂਕਿ ਮੈਨੂੰ ਛੋਟੇ ਹੁੰਦੇ ਤੋਂ ਭਾਵਾਂ ਮੇਰੇ ਨਾਲ ਜਾ ਸਕਣ ਚਾਹੇ ਤਾਂ ਮੈਨੂੰ ਇੰਡੀਆ ਜ਼ਰੂਰ ਭੇਜਣਾ ਸੀ ਮੇਰੀ ਸਮਰ ਦੀਆਂ ਛੁੱਟੀਆਂ ਦੇ ਵਿੱਚ, 6 ਹਫ਼ਤਿਆਂ ਦੀਆਂ ਛੁੱਟੀਆਂ 'ਚ ਜੀ। ਤੇ ਇੱਕ ਵਾਰੀ ਮੈਨੂੰ ਯਾਦ ਹੈ ਜਦੋਂ ਪਹਿਲਾਂ ਮੈਂ ਜਾਣਾ ਸ਼ੁਰੂ ਕੀਤਾ ਸੀ ਤੇ ਸਾਡੇ ਤਾਇਆ ਜੀ ਨੇ ਮੈਨੂੰ ਕਿਤੇ ਮੈਨੂੰ ਲੈ ਕੇ ਨਹੀਂ ਗਏ ਕਿਤੇ, ਘਰੇ ਹੀ ਸੀਗਾ। ਤੇ ਮੈਂ ਬੜਾ ਉਦਾਸ ਸੀਗਾ। ਤੇ ਮੈਨੂੰ ਯਾਦ ਹੈ ਕਿ ਉਦੋਂ ਉਹਨਾਂ ਟਾਈਮਾਂ ਦੇ ਵਿੱਚ ਮੋਬਾਈਲ ਫੋਨ ਨਹੀਂ ਸੀ ਹੁੰਦੇ ਉੱਥੇ, ਤੁਹਾਨੂੰ ਪੀਸੀਓ ਤੇ ਜਾਣਾ ਪੈਂਦਾ ਹੁੰਦਾ ਸੀਗਾ ਫੋਨ ਕਰਨ ਲਈ ਇੰਟਰਨੈਸ਼ਨਲ। ਤੇ ਮੈਂ ਡੈਡ ਨੂੰ ਫੋਨ ਕੀਤਾ, ਮੈਂ ਬੜਾ ਉਦਾਸ ਸੀ, ਮੈਂ ਕਿਹਾ ਡੈਡ ਮੇਰੀ ਟਿਕਟ ਕਰ ਦਿਓ ਮੈਂ ਵਾਪਸ ਆਉਣਾ, ਬਹੁਤ ਉਦਾਸ ਸੀਗਾ। ਤੇ ਡੈਡ ਕਹਿੰਦਾ ਪੁੱਤ 2 ਦਿਨ ਅਟਕ ਜਾ, ਜੇ ਤੇਰਾ ਜੀ ਨਾ ਲੱਗਾ ਨਾ ਤਾਂ ਤੂੰ ਵਾਪਸ ਆ ਜਾਈ। ਮੈਂ ਕਿਹਾ ਠੀਕ ਹੈ ਡੈਡ, ਨੋ ਪ੍ਰੋਬਲਮ। ਤੇ ਮੈਂ ਸੋਚਿਆ ਮੈਂ ਬੜਾ ਖੁਸ਼ ਕਿ 2 ਦਿਨਾਂ ਤੱਕ ਮੇਰੇ ਡੈਡ ਨੇ ਮੇਰੀ ਟਿਕਟ ਕਰ ਲਈ, ਮੈਂ ਵਾਪਸ ਚਲ ਜਾਣਾ। ਮੈਨੂੰ ਇੰਨਾ ਚੇਤਾ ਕਿ 2 ਦਿਨਾਂ ਦੇ ਵਿੱਚ ਵਿੱਚ ਡੈਡੀ ਘਰੇ ਸੀਗੇ, ਇੰਡੀਆ ਆ ਗਏ। ਓਕੇ, ਕਹਿੰਦੇ ਪੁੱਤ ਹੁਣ ਦੱਸ ਤੈਨੂੰ ਕੀ ਪ੍ਰੋਬਲਮ ਹੈ, ਕੌਣ ਨਹੀਂ ਤੈਨੂੰ ਲੈ ਕੇ ਗਿਆ। ਉੱਥੋਂ ਮੈਨੂੰ ਇੰਨਾ ਮੈਨੂੰ ਜਾਣੀ ਕਿ ਕੰਫੀਡੈਂਸ ਮੇਰੇ ਮੈਨੂੰ ਆ ਗਿਆ ਨਾ ਕਿ ਮੈਂ ਦੁਨੀਆ 'ਚ ਜਿੱਥੇ ਮਰਜ਼ੀ ਹੋਵਾਂ ਮੇਰੇ ਡੈਡ ਦੇ ਨਾਲ ਮੇਰਾ ਇੱਦਾਂ ਦਾ ਕਨੈਕਸ਼ਨ ਆ ਕਿ ਮੈਂ ਫੋਨ ਕਰਨਾ, ਮੇਰੀ ਕੋਈ ਵੀ ਪ੍ਰੋਬਲਮ ਦਾ ਹੱਲ ਮੇਰੇ ਡੈਡੀ ਕਰ ਸਕਦੇ। ਐਂਡ ਕਿੰਨੀ ਦੂਰੋਂ ਆਉਣਾ ਵੀ, ਕੋਈ ਜਾਣੀ ਸਾਰਾ ਕੁਛ ਛੱਡ ਕੇ ਆਉਣਾ ਮੇਰੇ ਲਈ ਉਹ ਬਹੁਤ ਵੱਡੀ ਚੀਜ਼ ਸੀਗੀ। ਅੱਜ ਤੱਕ ਮੈਂ ਆਪਣੇ ਵੀ ਬੱਚਿਆਂ ਨੂੰ ਉਹ ਚੀਜ਼ ਬਾਰੇ ਦੱਸਦਾ ਜੀ। ਸਭ ਤੋਂ ਮੇਰੀ ਬੈਸਟ ਮੈਮਰੀ ਉਹ ਹੋ ਸਕਦੀ ਆ। ਯਾ, ਸੋ ਉੱਥੋਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੇ ਫਾਦਰ ਦੀ ਬੈਕ ਹੈਗੀ ਆ, ਹੀ ਕੈਨ ਸਪੋਰਟ ਯੂ, ਹੀ ਇਜ਼ ਗੋਇੰਗ ਟੂ ਸਪੋਰਟ ਯੂ ਨੋ ਮੈਟਰ ਵਾਟ। ਯਾ ਜੀ, ਬਿਲਕੁਲ ਬਿਲਕੁਲ ਸਹੀ ਹੈ। ਸੋ ਤੁਸੀਂ ਸ਼ੁਰੂ ਚ ਇੱਕ ਸਵਾਲ ਕੀਤਾ ਸੀ ਜਿਹੜੇ ਆਪਣੇ ਟਰੱਕਾਂ ਵਾਲੇ ਭਰਾ ਆ ਜੀ, ਜਿਹੜੀਆਂ ਮਾਵਾਂ ਵੀ ਆ ਜਿਹੜੇ ਇੱਕ ਫਾਦਰ ਦਾ ਰੋਲ ਉਹਨਾਂ ਨੂੰ ਸਾਂਭਣਾ ਪਿਆ, ਚਾਹੇ ਮਜਬੂਰੀ ਚ ਚਾਹੇ ਜਿੱਦਾਂ ਮਰਜ਼ੀ ਆ ਜੀ, ਯੂ ਨੋ ਬੱਚਿਆਂ ਨੂੰ ਰਿਮਾਈਂਡ ਕਰਨਾ ਕਿ ਤੁਸੀਂ ਉਹਨਾਂ ਲਈ ਸੁੱਖ ਦੁੱਖ ਦੇ ਵਿੱਚ ਦੋਨਾਂ ਦੇ ਵਿੱਚ ਉਹਨਾਂ ਦੇ ਨਾਲ ਆ, ਇਹ ਇੱਕ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ, ਖਾਸ ਕਰਕੇ ਜਦੋਂ ਛੋਟੇ ਹੁੰਦੇ ਆ ਨਾ, ਕਿਉਂਕਿ ਇਹ ਮੈਮਰੀਆਂ ਮੇਰੇ ਲਈ ਤਾਂ ਇਹ ਮੈਮਰੀ ਮੈਂ 6-7 ਸਾਲ ਦਾ ਸੀ ਜਦੋਂ ਮੇਰੀ ਇਹ ਮੇਰੀ ਯਾਦ ਹੈ, ਉਦੋਂ ਤੱਕ ਉਦੋਂ ਦੀ ਮੈਮਰੀ ਹੈ ਮੇਰੀ, ਪਰ ਇਹ ਸਦਾ ਇਹ ਯਾਦਾਂ ਉਹਨਾਂ ਦੇ ਨਾਲ ਰਹਿਣੀਆਂ। ਕੱਲ ਦਾ ਕੀ ਪਤਾ ਕਿ ਹੋ ਜਾਣਾ, ਜਿਹੜੀਆਂ ਤੁਸੀਂ ਯਾਦਾਂ ਆਪਣੇ ਬੱਚਿਆਂ ਨੂੰ ਦੇ ਰਹੇ ਹੋ ਨਾ, ਇਹ ਸਭ ਤੋਂ ਵੈਲਿਊਬਲ ਚੀਜ਼ ਹੁੰਦੀ ਆ ਜੀ। ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ। ਆਈ ਹੋਪ ਕਿ ਸਾਡੇ ਲਿਸਨਰਸ ਨੂੰ ਵੀ ਇਹ ਇੰਟਰਵਿਊ ਬਹੁਤ ਪਸੰਦ ਆਈ ਹੋਣੀ ਆ, ਤੇ ਨਾਲੇ ਜਿਹੜੀਆਂ ਕੀਮਤੀ ਗੱਲਾਂ ਕੀਤੀਆਂ ਇਹਦੇ ਨਾਲ ਕਿਸੇ ਨਾ ਕਿਸੇ ਨੂੰ ਫਾਇਦਾ ਜ਼ਰੂਰ ਹੋਊਗਾ। ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਅਸ ਜੈਕ ਜੀ। ਥੈਂਕ ਯੂ ਹਰਮਨ ਜੀ, ਆਈ ਰੀਲੀ ਅਪਰੀਸ਼ੀਏਟ ਤੁਸੀਂ ਦੁਬਾਰਾ ਮੈਨੂੰ ਸ਼ੋਅ ਤੇ ਲੈ ਕੇ ਆਏ, ਐਂਡ ਵਿਸ਼ਿੰਗ ਐਵਰੀਬਾਡੀ ਅ ਵੈਰੀ ਹੈਪੀ ਫਾਦਰਸ ਡੇ। ਜੀ, ਆਪਾਂ ਫੇਰ ਮਿਲਾਂਗੇ ਜ਼ਰੂਰ। ਥੈਂਕ ਯੂ ਫੋਰ ਜੁਆਇਨਿੰਗ ਅਸ ਜੀ। Red FM.